ਸੋ ਦੋਸਤੋ ਇੱਕ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਵੀਡੀਓ ਨੂੰ ਧਿਆਨ ਨਾਲ ਵੇਖਿਓ। ਅੰਮ੍ਰਿਤਪਾਲ ਸਿੰਘ ਨੂੰ ਅੱਜ ਸ਼ਾਮ ਤੱਕ ਪੁਲਿਸ ਨੇ ਗ੍ਰਿਫਤਾਰ ਕਰ ਲੈਣਾ, ਕਿਉਂਕਿ ਅੰਮ੍ਰਿਤਪਾਲ ਸਿੰਘ ਦੀ ਜਿਹੜੀ ਪੂਰੀ ਲੋਕੇਸ਼ਨ ਸੀ ਉਹ ਪੁਲਿਸ ਨੂੰ ਪਤਾ ਲੱਗ ਚੁੱਕੀ ਆ। ਹੁਣ ਤੁਹਾਨੂੰ ਇਹ ਦੱਸਦਾ ਕਿ ਅੰਮ੍ਰਿਤਪਾਲ ਸਿੰਘ ਦੀ ਪੂਰੀ ਲੋਕੇਸ਼ਨ ਦਾ ਪਤਾ ਕਿਵੇਂ ਲੱਗਿਆ। ਅੰਮ੍ਰਿਤਪਾਲ ਸਿੰਘ ਨੇ ਪਿੱਛੇ ਇੱਕ ਵੀਡੀਓ ਪਾਈ ਸੀ। ਅੰਮ੍ਰਿਤਪਾਲ ਸਿੰਘ ਨੇ ਉਸ ਵੀਡੀਓ ਦੇ ਵਿੱਚ ਜਾਣੇ ਅਣਜਾਣੇ ਦੇ ਵਿੱਚ ਪਿੰਡ ਦਾ ਨਾਂ ਲੈ ਦਿੱਤਾ। ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਮੈਂ ਇਸ ਵਕਤ ਚੜ੍ਹਦੀ ਕਲਾ ਦੇ ਵਿੱਚ। ਹੁਣ ਅੰਮ੍ਰਿਤਪਾਲ ਸਿੰਘ ਨੇ ਪਿੰਡ ਦਾ ਨਾਮ ਲੈ ਦਿੱਤਾ ਅਤੇ ਨੈਸ਼ਨਲ ਮੀਡੀਆ ਨੇ, ਤੁਸੀਂ ਵੇਖ ਸਕਦੇ ਹੋ ਕਿ ਨੈਸ਼ਨਲ ਮੀਡੀਆ ਨੇ ਉਸ ਗੱਲ ਨੂੰ ਧਿਆਨ ਨਾਲ ਸੁਣਿਆ ਅਤੇ ਅੰਮ੍ਰਿਤਪਾਲ ਸਿੰਘ ਦੀ ਜਿਹੜੀ ਪਿੰਡ ਦੀ ਲੋਕੇਸ਼ਨ ਸੀ ਉਹ ਤੁਸੀਂ ਵੇਖ ਸਕਦੇ ਹੋ ਵੀਡੀਓ ਥੱਲੇ ਦੇ ਦਿੱਤੀ ਕਿ ਅੰਮ੍ਰਿਤਪਾਲ ਸਿੰਘ ਇਸ ਵਕਤ ਚੜ੍ਹਦੀ ਕਲਾ ਪਿੰਡ ਦੇ ਵਿੱਚ। ਹਾਲਾਂਕਿ ਨੈਸ਼ਨਲ ਮੀਡੀਆ ਨੂੰ ਇਹ ਨਹੀਂ ਪਤਾ ਕਿ ਜਿਹੜਾ ਚੜ੍ਹਦੀ ਕਲਾ ਹੈ ਉਹ ਕਿਹੜੇ ਜ਼ਿਲ੍ਹੇ ਦੇ ਵਿੱਚ ਪੈਂਦਾ। ਹੁਣ ਮੈਂ ਹੱਸਣਾ ਨਹੀਂ ਕਿਉਂਕਿ ਮੈਨੂੰ ਹੱਸੀ ਤਾਂ ਬਹੁਤ ਆ ਰਹੀ ਹੈ। ਸੋ ਤੁਹਾਨੂੰ ਪਤਾ ਹੈ ਕਿ ਚੜ੍ਹਦੀ ਕਲਾ ਕਿੱਥੇ ਹੈ ਅਤੇ ਚੜ੍ਹਦੀ ਕਲਾ ਕਿਸ ਨੂੰ ਕਿਹਾ ਜਾਂਦਾ, ਸ਼ਹਿਰ ਨੂੰ ਕਿਹਾ ਜਾਂਦਾ ਕਿ ਪਿੰਡ ਨੂੰ ਕਿਹਾ ਜਾਂਦਾ। ਅਤੇ ਇਹਨਾਂ ਬੰਦਿਆਂ ਨੂੰ ਇਹ ਨਹੀਂ ਪਤਾ ਕਿ ਸਿੱਖ ਜਿਹੜੇ ਚੜ੍ਹਦੀ ਕਲਾ ਕਿਹੜੇ ਸ਼ਹਿਰ ਨੂੰ ਕਹਿੰਦੇ ਨੇ, ਕਿਹੜੇ ਪਿੰਡ ਨੂੰ ਕਹਿੰਦੇ ਨੇ। ਇਸ ਕਰਕੇ ਇਹਨਾਂ ਨੂੰ ਕੁਛ ਨਹੀਂ ਪਤਾ। ਨੈਸ਼ਨਲ ਮੀਡੀਆ ਨੇ ਪਿੱਛੇ ਸਾਡੇ ਝੰਡੇ ਨੂੰ ਬਹੁਤ ਕੁਛ ਕਿਹਾ, ਇਹਨਾਂ ਨੇ ਜਿਹੜੇ ਸਿੱਖਾਂ ਦਾ ਝੰਡਾ ਸੀਗਾ ਖਾਲਸਾਈ ਝੰਡੇ ਨੂੰ ਬਹੁਤ ਕੁਛ ਕਿਹਾ, ਖਾਲਿਸਤਾਨ ਕਿਹਾ, ਬਹੁਤ ਕੁਛ ਕਿਹਾ, ਟੈਰਰਿਸਟ ਕਿਹਾ ਸਾਨੂੰ। ਅਤੇ ਇਹਨਾਂ ਨੂੰ ਇਹ ਨਹੀਂ ਪਤਾ ਕਿ ਜਿਹੜਾ ਚੜ੍ਹਦੀ ਕਲਾ ਹੁੰਦਾ ਉਹ ਕਿੱਥੇ ਹੈ, ਕਿਹੜੇ ਸ਼ਹਿਰ ਦੇ ਵਿੱਚ ਪੈਂਦਾ। ਇਹਨਾਂ ਨੂੰ ਇਹਨਾਂ ਦੀ ਮੂਰਖਤਾ ਦਾ ਤੁਸੀਂ ਇੱਥੋਂ ਅੰਦਾਜ਼ਾ ਲਗਾ ਸਕਦੇ ਹੋ ਵੀ ਜਿਹੜੇ ਇਹ ਮੂਰਖਾਂ ਦਾ ਟੋਲਾ ਹੈ ਨੈਸ਼ਨਲ ਮੀਡੀਆ। ਅਤੇ ਇਹਨਾਂ ਦੀਆਂ ਵੀਡੀਓ ਤੁਸੀਂ ਬੜਾ ਧਿਆਨ ਨਾਲ ਨਾ ਦੇਖਿਆ ਕਰੋ, ਇਗਨੋਰ ਕਰਿਆ ਕਰੋ ਇਸ ਤਰ੍ਹਾਂ ਦੀ ਵੀਡੀਓ ਨੂੰ। ਅਤੇ ਹੁਣ ਦੇਖਿਆ ਜੇ ਇਹ ਜਾ ਰਿਹਾ ਕਿ ਅੰਮ੍ਰਿਤਪਾਲ ਸਿੰਘ ਨੂੰ ਜਿਹੜੇ ਨੈਸ਼ਨਲ ਮੀਡੀਆ ਨੇ ਲੋਕੇਸ਼ਨ ਦਿੱਤੀ ਹੈ ਕਿ ਪੁਲਿਸ ਉਸ ਨੂੰ ਉੱਥੇ ਜਾ ਕੇ ਗ੍ਰਿਫਤਾਰ ਕਰਦੀ ਹੈ ਜਾਂ ਨਹੀਂ, ਇਸ ਗੱਲ ਦਾ ਸਾਨੂੰ ਅੱਜ ਸ਼ਾਮ ਤੱਕ ਪਤਾ ਲੱਗ ਜਾਣਾ ਕਿ ਅੰਮ੍ਰਿਤਪਾਲ ਸਿੰਘ ਨੂੰ ਪੁਲਿਸ ਨੇ ਅੱਜ ਗ੍ਰਿਫਤਾਰ ਕਰਨਾ ਕਰ ਲੈਣਾ ਜਾਂ ਫਿਰ ਅੰਮ੍ਰਿਤਪਾਲ ਜਿਹੜੀ ਚੜ੍ਹਦੀ ਕਲਾ ਪਿੰਡ ਦੇ ਵਿੱਚੋਂ ਨਿਕਲ ਜਾਣਾ ਉਹਨਾਂ ਨੇ। ਸੋ ਵੀਡੀਓ ਬਾਰੇ ਆਪਣੇ ਵਿਚਾਰ ਜ਼ਰੂਰ ਦਿਓ ਕਿ ਤੁਸੀਂ ਚੜ੍ਹਦੀ ਕਲਾ ਪਿੰਡ ਨੂੰ ਜਾਣਦੇ ਹੋ ਜਾਂ ਨਹੀਂ ਜਾਣਦੇ। ਠੀਕ ਹੈ ਜੀ।